आ स्कूल जे मंगल सौ दे स्कूल दी गड्डी जे इत्ते चलाउण लगा है गोली ते गोली चली नहीं ड्राइवर ते लगा है मारना आ बच्चे विच आ इहदा मोटरसाइकल तीन री दब्या ड्राइवर आखण डिया तीन री राह नहीं इह दित्ता आंदा आ वेखो बच्चे बेचारे जाणी वाले रोड ते ਲਾਇਸੈਂਸੀ ਕਿਥੋਂ ਆ ਇਹਦੇ ਕੋਲ ਲਾਇਸੈਂਸ ਕਿਥੋਂ ਆ ਗਿਆ ਉਧਰ ਨੂੰ ਹੋ ਜਾਂਦਾ ਮੈਂ ਫੜਦਾ ਫੜਦਾ ਤੇਰੇ ਕੋਲ ਉਧਰ ਨੂੰ ਕਰਦਾ ਫੇਰ ਆਂਦਾ ਡਰਾਉਣ ਵਾਸਤੇ ਚਲਾਉਣ ਲੱਗਾ ਡਰਾਇਆ ਹੈ ਗੱਲਾਂ ਮੈਨੂੰ ਡੇਲੀ ਜਾਣੇ ਅਸੀਂ ਨੰਗੀ ਦਾ ਕੋਈ ਜਾਣੀ ਗਲੀ ਕਿੱਡੀ ਛੋਟੀ ਕੋਈ ਕਹਿ ਦੇ ਗਲਤ ਗੱਡੀ ਚਲਾਉਂਦਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਅੱਜ ਇੱਕ ਬਾਈਕ ਸਵਾਰ ਨੌਜਵਾਨ ਨੂੰ ਸਕੂਲ ਬੱਸ ਵੱਲੋਂ ਰਸਤਾ ਨਾ ਦੇਣ ਕਾਰਨ ਗੁੱਸੇ ਵਿੱਚ ਆਏ ਬਾਈਕ ਸਵਾਰ ਨੇ ਸਕੂਲ ਬੱਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸਕੂਲ ਬੱਸ ਵਿੱਚ ਲਗਭਗ 45 ਦੇ ਕਰੀਬ ਬੱਚੇ ਸਨ। ਸਕੂਲ ਦੀ ਬੱਸ ਤੇ 2 ਗੋਲੀਆਂ ਚਲਾਈਆਂ ਗਈਆਂ ਜਿਸ 'ਚ ਬੱਸ ਚਾਲਕ ਅਤੇ ਬੱਚੇ ਵਾਲ-ਵਾਲ ਬਚ ਗਏ। ਇਹ ਨੌਜਵਾਨ ਵੱਲੋਂ ਸਾਹਮਣੇ ਤੋਂ ਫਾਇਰਿੰਗ ਨਾਲ ਜਾਨੀ ਨੁਕਸਾਨ ਹੋ ਸਕਦਾ ਸੀ ਪਰ ਤੀਸਰਾ ਫਾਇਰ ਰੁਕਣ ਕਾਰਨ ਬਾਈਕ ਸਵਾਰ ਨੌਜਵਾਨ ਨੂੰ ਮੌਕੇ ਤੇ ਹੀ ਪਿੰਡ ਵਾਸੀਆਂ ਨੇ ਕਾਬੂ ਕਰਕੇ ਪੁਲਿਸ ਵਾਲੇ ਕਰ ਦਿੱਤਾ। ਤਫਤੀਸ਼ ਅਫਸਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਤੋਂ ਕਮਲਜੀਤ ਸਿੰਘ ਦੀ ਖਾਸ ਰਿਪੋਰਟ ਡੇਲੀ ਨਿਊਜ਼ ਪੰਜਾਬੀ। ਮੈਨੂੰ ਪੁੱਛ ਲਓ ਮੈਂ ਆਪਣੀ ਪਿੰਡ 'ਚ ਮਰਾਂ ਆ ਸਾਈਕਲ ਨੂੰ ਆ ਕੰਮ ਨਾ ਕਰਦਾ ਤੇ ਤੂੰ ਤੇ ਕੰਨ ਇਹਦਾ ਬਗਾਨੇ ਪਿੰਡਾਂ ਕੋਈ ਲੈ ਕੇ ਨਹੀਂ ਸਰਕਾਰੀ ਹੈ ਆਪਣੇ ਬੱਚੇ ਲੋਕਲ ਬੱਚੇ ਇੱਥੇ ਮਾਰੇ ਵੀਰ ਜੀ ਇਹ ਨਾਲ ਪੈ ਉੱਤੇ ਕੇ ਫਿਰ ਮੈਂ ਡਰਾਵਾ ਦਿੱਤਾ ਮਰਾਂ ਆ ਤੇ ਵੀ ਰੋਕ ਜਾ ਮੈਂ ਕਹਿੰਦਾ ਗਲਤੀ ਕੀ ਪਹਿਲੀ ਗਲਤੀ ਮਾਰ ਹਾਂਜੀ ਕੀ ਨਾਮ ਹੈ ਮੇਰਾ ਨਾਮ ਬਲਬੀਰ ਸਿੰਘ ਆ ਮੈਂ ਟਰਾਂਸਪੋਰਟ ਇੰਚਾਰਜ ਜੰਡਿਆਲਾ ਗੁਰੂ ਸੈਂਟ ਸੋਸ ਲੀਡ ਕੌਣ ਸਕੂਲ ਦਾ ਹਾਂ ਫੇਰ ਹੋਇਆ ਕਿਉਂਕਿ ਮੇਰੇ ਹਰ ਗੱਡੀ ਤੇ ਮੇਰਾ ਨੰਬਰ ਆ ਪਿੱਛੇ ਮੈਂ ਟਰਾਂਸਪੋਰਟ ਇੰਚਾਰਜ ਹਾਂ ਤੇ ਮੈਂ ਉਸੇ ਵੇਲੇ ਤੁਰੰਤ ਇਹ ਮੁੰਡਾ ਡਰਾਈਵਰ ਆ ਸਰ ਦਾ ਸਾਡੇ ਦਾ ਮੈਂ ਇਹਨੂੰ ਫੋਨ ਕੀਤਾ ਭਾ ਆਪਾਂ ਥਾਣੇ ਚੱਲੀਏ ਥਾਣੇ ਆਣ ਕੇ ਪਤਾ ਕੀਤਾ ਆਪਣਾ ਡਰਾਈਵਰ ਵੀ ਆ ਗਏ ਇਹਨਾਂ ਨੇ ਫਿਰ ਦੱਸਿਆ ਵੀ ਇੱਦਾਂ ਮੁੰਡਾ ਸੀ ਕੋਈ ਜਾਣੀਆਂ ਦਾ ਹੀ ਹੈ ਜਾਣੀਆਂ ਦਾ ਸੁਣਿਆ ਵਾ ਕਿ ਉਹਨੇ ਸਾਡੇ 'ਤੇ 3 ਫਾਇਰ ਕੀਤੇ ਆ ਅਤੇ ਇਹਨਾਂ ਫੜ ਕੇ ਫਿਰ ਉਹਨੂੰ ਜਫਾ ਪਾ ਲਿਆ ਇਸ ਮੁੰਡੇ ਨੇ ਫੜ ਕੇ ਢਾ ਲਿਆ ਵਾ ਅਤੇ ਪਿਸਟਲ ਇਹਦਾ ਉਹਨੇ ਇਹਨੇ ਖੋਹ ਲਿਆ ਵਾ ਉਹਨੇ ਚਿਰ ਨੂੰ ਪੁਲਿਸ ਆ ਗਈ ਆ ਪੁਲਿਸ ਨੇ ਫਿਰ ਇੱਧਰ ਲੈ ਆਉਂਦਾ ਜੰਡਿਆਲਾ ਲੱਗਾ ਨਹੀਂ ਉਹ ਲੱਗਣ ਤੋਂ ਬਚਾਅ ਗਿਆ ਪਰ ਫਾਇਰ ਉਹਨੇ ਕੱਢੇ 3 ਲੱਗਾ ਨਹੀਂ ਕਿਸੇ 'ਤੇ ਕਿਉਂਕਿ ਛੋਟੇ ਛੋਟੇ ਬੱਚੇ ਸੀ ਉਹ ਸਹਿਮ ਗਏ ਉਸੇ ਵੇਲੇ ਵਿਚਾਰੇ ਬੱਚੇ ਅਜੇ ਵੀ ਕਈਆਂ ਬੱਚਿਆਂ ਦਾ ਫੋਨ ਆਉਣ ਡਿਆ ਰੋਣ ਡਿਆ ਘਰ ਜਾ ਕੇ ਇਹ ਸਾਡੀ ਲਾ ਦੀ ਸਥਿਤੀ ਕਮਜ਼ੋਰ ਹੈ ਜੀ ਸਾਡੇ ਲਾ ਹੀ ਹੈ ਨਹੀਂ ਕੋਈ ਵੀ ਲਾ ਐਂਡ ਆਰਡਰ ਦਾ ਨਾਂ ਹੀ ਹੈ ਨੀਗਾ ਸਥਿਤੀ ਕਮਜ਼ੋਰ ਹੋਣੀ ਹੈ ਹਾਂਜੀ ਭਾਅ ਜੀ ਕੀ ਨਾਮ ਜੀ ਮੇਰਾ ਨਾਂ ਹਰਿੰਦਰ ਸਿੰਘ ਹਰਿੰਦਰ ਸਿੰਘ ਜੀ ਕੀ ਗੱਲ ਹੋਈ ਆ ਜੀ ਅੱਜ
ਭਾਅ ਜੀ ਅਸੀਂ ਕੋਨਵੈਂਟ ਸਕੂਲ ਤੋਂ ਜੰਡਿਆਲਾ ਗੁਰੂ ਤੋਂ ਮੈਂ ਬੱਸ ਲੈ ਕੇ ਗਿਆ ਕੋਈ 2:25 ਦਾ ਟਾਈਮ ਸੀ ਜੰਡਿਆਲੇ ਤੋਂ ਜੋ ਸ਼ੇਖ ਪਤਨ ਜਾਈਏ ਤਾਂ ਜਾਣੀਆਂ ਸੜਕ ਜਾਂਦੀ ਆ ਉੱਥੇ ਮੈਂ ਗਿਆ ਤਾਂ ਉੱਥੇ ਇੱਕ ਮੋਟਰਸਾਈਕਲ 'ਤੇ ਮੁੰਡਾ ਆਇਆ ਪਿੱਛੋਂ ਉਹਨੇ ਇੱਕ ਵਾਰੀ ਹਾਰਨ ਮਾਰਿਆ ਤਾਂ ਅੱਗੇ ਆਟੋ ਖੜਿਆ ਇੱਕ ਸਾਈਡ 'ਤੇ ਅਤੇ ਉਹਨੂੰ ਮੈਂ ਹੱਥ ਦਿੱਤਾ ਵੀ ਇੱਕ ਮਿੰਟ ਰੁਕ ਜਾ ਮੈਂ ਸਾਈਡ 'ਤੇ ਕਰਕੇ ਗੱਡੀ ਡੱਕਦਾ ਮੈਂ ਸਾਈਡ 'ਤੇ ਗੱਡੀ ਡੱਕ ਕੇ ਉਹਨੂੰ ਰਾਹ ਦੇ ਦਿੱਤਾ ਉਹਨੇ ਅੱਗੇ ਆ ਕੇ ਤਾਂ ਪਿਸਟਲ ਕੱਢ ਲਿਆ ਪਿਸਟਲ ਕੱਢ ਕੇ ਤਾਂ ਉਹਨੇ 3 ਫਾਇਰ ਕੱਢੇ ਅੱਗੋਂ ਅਤੇ 3 ਚਲੋ ਲੱਗਿਆ ਕੋਈ ਨਹੀਂ ਸਾਨੂੰ ਅਤੇ ਹੋਰ ਕੋਈ ਗੱਲ ਨਹੀਂ ਉਹਨੂੰ ਨਾ ਅਸੀਂ ਕੋਈ ਗਲਤ ਬੋਲਿਆ ਨਾ ਕੁਛ ਫਾਇਰ ਹਵਾ 'ਚ ਕੱਢ ਕੇ ਤੁਹਾਡੇ ਮਾਰੇ ਨਹੀਂ ਪਹਿਲਾਂ ਉਹਨੇ ਜਿਹੜਾ ਮੇਰੇ ਨਾਲ ਕਨੈਕਟਰ ਉਤਰਿਆ ਸਹਿਨਾਜਦੀਪ ਉਹਦੇ ਵੱਲ ਸਿੱਧਾ ਇੱਦਾਂ ਮਾਰਿਆ ਫਿਰ ਮੇਰੀ ਡਰਾਈਵਰ ਸਾਹਿਬ ਬਾਰੀ ਖੋਲ੍ਹ ਕੇ ਮੇਰੇ ਵਾਲੀ ਸਾਈਡ ਨੂੰ ਕੱਢਿਆ ਉਹਨਾਂ ਨੇ ਬੱਚੇ ਵਿੱਚ ਬੈਠੇ ਸੀ ਕਿੰਨੇ ਬੱਚੇ ਸਨ ਬੱਚੇ ਉਹ 45 ਕੁ ਬੱਚੇ ਹੈਗੇ ਬੱਚਿਆਂ ਨੂੰ ਛੱਡਣ ਜਾ ਰਹੇ ਹਾਂਜੀ ਛੱਡਣ ਜਾਂਦੇ ਆ ਪਹਿਲਾਂ ਤੁਹਾਡੇ ਨਾਲ ਕੋਈ ਹੋਵੇ ਰੰਜਿਸ਼ ਬਾਜੀ ਨਹੀਂ ਕਦੀ ਉਹਨੂੰ ਮੈਂ ਬੰਦੇ ਨੂੰ ਦੇਖਿਆ ਨਾ ਮੈਂ ਜਾਣਦਾ ਸੀ ਉਹਨੂੰ ਕੀ ਟਾਈਮ ਸੀ ਅਤੇ ਕਿਹੜੀ ਜਗ੍ਹਾ 'ਤੇ ਸੀ ਇਹ ਜਿਹੜੀ ਜੰਡਿਆਲੇ ਤੋਂ ਜਾਣੀਆਂ ਸੜਕ ਜਾਂਦੀ ਉੱਥੇ 2:25 ਦਾ ਟਾਈਮ ਹੋਊਗਾ ਕਿਹੜੇ ਸਕੂਲ ਦੀ ਬੱਸ ਇਹ ਸੈਂਟ ਸੋਲਜਰ ਕੋਨਵਰਟ ਜੰਡਿਆਲਾ ਗੁਰੂ ਅਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ ਹਾਂਜੀ ਪੁਲਿਸ ਉੱਥੇ ਆ ਗਈ ਉਹਨੂੰ ਲੈ ਕੇ ਆਏ ਹੁਣ ਅੱਗੇ ਉਹਦੇ ਜੋ ਵੀ ਕਾਰਵਾਈ ਹੋਊਗੀ ਉੱਥੇ ਮੌਕੇ 'ਤੇ ਹੀ ਫੜਿਆ ਗਿਆ ਬੰਦਾ ਹਾਂਜੀ ਮੌਕੇ 'ਤੇ ਅਸੀਂ ਖੁਦ ਉਹਨਾਂ ਮੈਂ ਅਤੇ ਉਹ ਮੇਰੇ ਨਾਲ ਜਿਹੜਾ ਕਨੈਕਟਰ ਸੀ ਉਹਨੇ ਫੜਿਆ ਸੀ ਅਸੀਂ ਢਾ ਕੇ ਉਹਨੂੰ ਖੋਹ ਕੇ ਪਿਸਟਲ ਫਿਰ ਬੰਨਿਆ ਉੱਥੇ ਦਰਖਤ ਨਾਲ ਬੰਨ ਕੇ ਪਿਸਟਲ ਜਿਹੜਾ ਸੀ ਉਹਨਾਂ ਦਾ ਮੁਲਾਜ਼ਮ ਆਇਆ ਅਤੇ ਫਿਰ ਉਹਦੇ ਹਵਾਲੇ ਕਰਤਾ ਸੀ ਦੱਸਿਆ ਜਾਂਦਾ ਕਿ ਉਸ ਮੁੰਡੇ ਨੇ ਨਸ਼ਾ ਵੀ ਕੀਤਾ ਹੈ ਨਸ਼ਾ ਤਾਂ ਹੁਣ ਪੁਲਿਸ ਇਨਕੁਆਇਰੀ ਕਰੇਗੀ ਵੀ ਕੀ ਕੀਤਾ ਹੈ ਕੀ ਨਹੀਂ ਅਸੀਂ ਤਾਂ ਫੜ ਕੇ ਜੋ ਸਾਡੀ ਕਾਰਵਾਈ ਵੀ ਪਿਸਟਲ ਖੋਹ ਕੇ ਅਤੇ ਪੁਲਿਸ ਦੇ ਹਵਾਲੇ ਕਰਤਾ ਕਿਹੜੇ ਕਮਿਸ ਤੇ ਜਾ ਰਿਹਾ ਸੀ ਹਾਂਜੀ ਉਹ ਗੱਡੀ ਕੀ ਚਲਾ ਰਿਹਾ ਸੀ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਪਲਸਰ ਮੋਟਰਸਾਈਕਲ ਅੱਜ ਜੰਡਿਆਲੇ ਗੁਰੂ ਵਿੱਚ ਸੰਸੋਲੀ ਸਕੂਲ ਹੈ ਉੱਥੇ ਦੇ ਬੱਚੇ ਲੈ ਕੇ ਬੱਸ ਜਾ ਰਹੀ ਸੀ ਜਿਹੜਾ ਡਰਾਈਵਰ ਆ ਉਹ ਹਰਿੰਦਰ ਸਿੰਘ ਬੱਸ ਦਾ ਡਰਾਈਵਰ ਆ ਜਦੋਂ ਜਾਣੀਆਂ ਤੋਂ ਥੋੜ੍ਹਾ ਦੇਰ ਪਹਿਲੇ ਬੱਸ ਜਾ ਰਹੀ ਸੀ ਅਤੇ ਇੱਕ ਮੋਟਰਸਾਈਕਲ 'ਤੇ ਨਸ਼ੇੜੀ ਜਿਹਾ ਨਾਲ ਦਾ ਵਿਅਕਤੀ ਸੀ ਉਹ ਬੱਸ ਦੇ ਅੱਗੇ ਆ ਗਿਆ ਅਤੇ ਜਦੋਂ ਬੱਸ ਦੇ ਰਸਤਾ ਮੰਗਿਆ ਬੱਸ ਵਾਲੇ ਡਰਾਈਵਰ ਨੇ ਅਤੇ ਉਹ ਅੱਗੇ ਖਲੋ ਗਿਆ ਵੀ ਮੈਂ ਜਿਵੇਂ ਨਸ਼ਾ ਕੀਤਾ ਹੋਇਆ ਸੀ ਅਤੇ ਬੱਸ ਦਾ ਡਰਾਈਵਰ ਜਿਹੜਾ ਥੱਲੇ ਉਤਰਿਆ ਅਤੇ ਇਹ ਗੁੱਥਮ ਗੁੱਥਾ ਇੱਕ ਦੂਜੇ ਨਾਲ ਹੋ ਗਿਆ ਅਤੇ ਜਾਣੂ ਇਹ ਗੁੱਥਮ ਗੁੱਥਾ ਹੁੰਦੇ ਨੇ ਅਤੇ ਆਪਣਾ ਉਹ ਵੈਪਨ ਜਿਹੜਾ ਹੈ ਨਾ ਪਿਸਟਲ ਉਹ ਕੱਢ ਲਿਆ ਪਿਸਟਲ ਕੱਢ ਕੇ ਅਤੇ ਕੋਸ਼ਿਸ਼ ਕੀਤੀ ਉਹ ਗੁੱਥਮ ਗੁੱਥਾ ਹੋਣ ਦੀ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੋਇਆ ਉੱਥੋਂ ਮੌਕੇ ਤੋਂ ਬੱਸ ਵਿੱਚ ਲਗਭਗ 40-45 ਬੱਚੇ ਸੀ ਕੋਸ਼ਿਸ਼ ਕੀਤੀ ਪਰ ਫਾਇਰ ਨਹੀਂ ਹੋਇਆ ਉਹਨੂੰ ਫੜ ਲਿਆ ਜਿਹੜਾ ਹੈਗਾ ਆਪਣੇ ਕਾਰਜ ਸਿੰਘ ਆ ਨਾ ਕਾਰਜ ਸਿੰਘ ਨਸ਼ੇੜੀ ਜਿਹਾ ਮੋਟਰਸਾਈਕਲ 'ਤੇ ਸੀ ਹਾਂ ਉਹ ਰਸਤਾ ਮੰਗਦਾ ਚਾਨ ਜਾਣੀਆਂ ਪਿੰਡ ਦਾ ਨਸ਼ੇੜੀ ਜਿਹਾ ਬੰਦਾ ਹੈਗਾ ਇਹੋ ਜਾਣੀਆਂ ਪਿੰਡ ਦਾ ਹੈਗਾ ਕਾਰਜ ਸਿੰਘ ਨਾਂ ਆ ਕਾਰਜ ਸਿੰਘ ਸਾਨੂੰ ਦਿਲਬਾਗ ਸਿੰਘ ਗੋਲੀ ਨਹੀਂ ਚੱਲੀ ਕੋਈ ਗੱਲ ਨਹੀਂ ਹੈਗੀ ਇੱਥੇ ਮੌਕੇ 'ਤੇ ਅਜੇ ਵੈਰੀਫਾਈ ਕਰਦੇ ਹਾਂ ਅਸੀਂ ਮੌਕੇ 'ਤੇ ਹੁਣ ਫੜਿਆ ਸੀ ਪਿਸਟਲ ਹੈ ਅਸੀਂ ਹੁਣ ਤਫਤੀਸ਼ ਕਰਦੇ ਹਾਂ ਤਫਤੀਸ਼ ਦਾ ਜੋ ਸਾਹਮਣੇ ਆਇਆ ਉਹ ਅੱਗੇ ਤੁਹਾਨੂੰ ਫਿਰ ਦੱਸ ਇਹ ਸਾਡੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਉਹਨੂੰ ਫੜ ਲਿਆ ਮੌਕੇ 'ਤੇ ਹਾਂ ਨਹੀਂ ਕੁੱਟਮਾਰ ਨਹੀਂ ਕੋਈ ਹੋਗੀ ਗੁੱਥਮ ਗੁੱਥਾ ਉਹਨਾਂ ਡਰਾਈਵਰ ਨਾਲ ਜ਼ਰੂਰ ਹੋਇਆ ਅਤੇ ਮੌਕੇ 'ਤੇ ਸਾਡੀ ਪੁਲਿਸ ਪਾਰਟੀ ਪਹੁੰਚੀ ਉਹਨੂੰ ਮੌਕੇ 'ਤੇ ਫੜ ਲਿਆ ਨਹੀਂ ਬੱਧਾ ਨਹੀਂ ਕੋਈ ਇਹੋ ਜਿਹੀ ਗੱਲ ਬੱਧੇ ਵਾਲੀ ਗੱਲ ਨਹੀਂ ਹੈਗੀ ਅਤੇ ਪੁਲਿਸ ਪਾਰਟੀ ਹਾਂ ਕੋਈ ਨਹੀਂ ਉਹ ਕਾਰਵਾਈ ਕਰ ਰਹੀ ਹੈ ਨਸ਼ੇੜੀ ਕਿਸਮ ਦਾ ਬੰਦਾ ਹੈਗਾ ਮਾਮਲਾ ਦੇਖਦੇ ਹੁਣ ਇਨਵੈਸਟੀਗੇਸ਼ਨ ਕਰਦੇ ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜੋ ਵੀ ਸਾਹਮਣੇ ਆਇਆ ਉਹਦੇ ਖਿਲਾਫ਼ ਕਾਰਵਾਈ ਕਰਾਂਗੇ